ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ। ਅੱਜ ਬਣਾਉਣੇ ਆਪਾਂ ਮੇਥੇ ਦੀ ਭੁਰਜੀ। ਸਾਰਿਆਂ ਨੂੰ ਪਹਿਲਾਂ ਆਪਾਂ ਪਾਵਾਂਗੇ ਤੇਲ। ਆਪਾਂ ਕੜਾਈ 'ਚ ਤੇਲ ਪਾ ਲਿਆ। ਪਹਿਲਾਂ ਪਾਵਾਂਗੇ ਪਿਆਜ, ਲਸਣ, ਅਦਰਕ, ਹੁਣ ਆਪਾਂ ਇਹਦੇ ਵਿੱਚ ਥੋੜੇ ਟਾਈਮ ਬਾਅਦ ਇਹਨੂੰ ਸੇਕ ਲੱਗਣ ਦਾ ਟਮਾਟਰ ਐਡ ਕਰਤਾ। ਲਓ ਜੀ, ਹੁਣ ਆਪਾਂ ਮੇਥੇ ਪਾਉਣੇ ਆਂਗੇ। ਆਪਾਂ ਆਲੂ ਐਡ ਕਰਨਾਂਗੇ। ਦਸ ਮਿੰਟਾਂ ਵਾਸਤੇ ਇਸ ਤਰ੍ਹਾਂ ਢੱਕ ਕੇ ਰੱਖਾਂਗੇ ਆਪਾਂ। ਰਹਿਣ ਦਿਓ, ਫਿਰ ਆਪਾਂ ਲੂਣ ਮਿਰਚ ਜੋ ਪਾਉਣਾ ਇਹ 'ਚ ਮਸਾਲੇ ਪਾ ਕੇ ਬਣਾ ਲਾਂਗੇ। ਆਪਣੀ ਭੁਰਜੀ ਬਣਨ ਵਾਲੀ ਹੈ ਜੀ, ਬਣੀ ਹੋ ਗਈ ਹੈ। ਬਸ ਦੋ ਚਾਰ ਮਿੰਟ ਸੇਕ ਲਗਾ ਕੇ ਲੂਣ ਮਿਰਚ ਮਸਾਲਾ ਜੋ ਵੀ ਪਾਉਣਾ ਆਪਣੇ ਪਾ ਦਾਂਗੇ। ਪਾਣੀ ਜੇ ਇਹਦੇ ਵਿੱਚ ਪਾਣੀ ਊਂ ਨਹੀਂ ਆਪਾਂ ਨੇ ਐਡ ਕਰਨਾ ਹੁੰਦਾ ਹੈਗਾ ਵਿੱਚ ਭੁਰਜੀ ਦੇ, ਪਾਣੀ ਇਹਦੇ ਵਿੱਚ ਹੀ ਨਿਕਲ ਆਉਂਦਾ ਹੁੰਦਾ ਗਾ ਫਿਰ ਵੀ ਇਹ ਮੇਥਿਆਂ 'ਚੋਂ। ਬਸ ਇਹਨੂੰ ਪਾਣੀ ਬਿਲਕੁਲ ਸੁਕਾ ਲੈਣਾ ਗਾ ਆਪਾਂ ਨੇ। ਜੇ ਆਪਣੀ ਭੁਰਜੀ ਆਲੂ ਬਣ ਵੀ ਗਏ ਤਾਂ ਵੀ ਆਲੂ ਪਾਣੀ ਬਿਲਕੁਲ ਸੁਕਾ ਕੇ ਫਿਰ ਆਪਾਂ ਨੇ ਇਹਦੇ ਵਿੱਚ ਮਸਾਲੇ ਐਡ ਕਰਨੇ ਨੇ, ਫਿਰ ਆਪਣੀ ਭੁਰਜੀ ਬਹੁਤ ਵਧੀਆ ਬਣੂਗੀ। ਥੋੜਾ ਜਿਹਾ ਇਹਦੇ ਵਿੱਚ ਪਾਣੀ ਹੈਗਾ ਹਜੇ ਵੀ, ਆਪਣੇ ਬਿਲਕੁਲ ਸੁਕਾਉਣਾ ਜੀ। ਲਓ ਜੀ, ਆਪਾਂ ਲੂਣ ਮਿਰਚ ਹਲਦੀ ਜੋ ਵੀ ਮਸਾਲਾ ਪਾਉਣਾ ਆਪਾਂ ਐਡ ਕਰ ਦਿੰਦੇ ਹਾਂ। ਹੁਣ ਆਪਣੀ ਭੁਰਜੀ ਬਿਲਕੁਲ ਬਣ ਕੇ ਤਿਆਰ ਹੀ ਹੈ। ਬਸ ਦੋ ਮਿੰਟ ਆਪਾਂ ਇਹਨੂੰ ਸੇਕ ਲਵਾਵਾਂਗੇ ਲੂਣ ਮਿਰਚ ਨੂੰ। ਲੂਣ ਮਿਰਚ ਆਪਦੇ ਸਵਾਦ ਅਨੁਸਾਰ ਪਾ ਲੈਣਾ ਤੁਸੀਂ, ਜਿੰਨਾ ਵੀ ਜਿਹੜੇ ਹਿਸਾਬ ਨਾਲ ਤੁਸੀਂ ਲੂਣ ਮਿਰਚ ਖਾਂਦੇ ਹੋ ਉਸੇ ਤਰ੍ਹਾਂ। ਇਹਦੇ ਵਿੱਚ ਲੂਣ ਮਿਰਚ ਥੋੜਾ ਜਿਹਾ ਜ਼ਿਆਦਾ ਤਿੱਖਾ ਜਿਹਾ ਵਧੀਆ ਲੱਗਦਾ ਗਾ। ਆਪਣੇ ਲੂਣ ਮਿਰਚ ਨੂੰ ਸੇਕ ਲੱਗ ਚੁੱਕਿਆ। ਹੁਣ ਆਪਣੀ ਭੁਰਜੀ ਬਣ ਕੇ ਬਿਲਕੁਲ ਤਿਆਰ ਹੈ ਜੀ। ਦੇਖੋ
बिल्कुल पूरी वधिया बनी है, कोई दे विच पानी नहीं हैगा। देखो जी इस तरह जी पूरी वधिया भुर्जी बन के तैयार है, तुसी भी जरूर बना के देखियो मेथे दी भुर्जी आलू पाके।